ਤੇਰੀ ਸਰਕਾਰ ਦਾ ਕਲਮਾ ਨਹੀਂ ਪੜਦੇ, ਕਈਆਂ ਨੇ ਨੱਕ ਵਾਸਤੇ ਨਹੀਂ ਪੜਿਆ, ਕਈਆਂ ਬਰਾਦਰੀ ਵਾਸਤੇ ਨਹੀਂ ਪੜਿਆ, ਕਈ ਸਰਦਾਰਾਂ ਵਾਸਤੇ ਨਹੀਂ ਪੜਦੇ, ਲੇਕਿਨ ਜਿਨ੍ਹਾਂ ਨੇ ਪੜਿਆ ਏ ਲਾਇ ਉਹਨਾਂ ਨੂੰ ਰੰਗ ਲਾ ਛੱਡੇ ਨੇ, ਰੱਬ ਨੇ ਉਹਨਾਂ ਨੂੰ ਰੰਗ ਲਾ ਛੱਡੇ। ਅਬੂ ਜੇਲ ਮੇਰੇ ਆਕਾ ਦੇ ਕੋਲ ਆਇਆ ਕੇ ਕਹਿੰਦਾ, ਅਗਰ ਤੂੰ ਸੱਚਾ ਨਬੀ ਏ, ਅਗਰ ਤੂੰ ਸੱਚਾ ਰਸੂਲ ਏ, ਤੂੰ ਆਨੇ ਮੈਂ ਅੱਲਾ ਦਾ ਰਸੂਲ ਆ, ਦੱਸ ਮੇਰੀ ਮੁੱਠੀ ਵਿੱਚ ਕੀ ਏ। ਮੇਰੀ ਸਰਕਾਰ ਫਰਮਾਉਂਦੇ ਨੇ, ਚਾਚਾ ਮੈਂ ਦੱਸਾਂ ਤੇਰੀ ਮੁੱਠੀ ਵਿੱਚ ਕੀ ਏ, ਜਾਂ ਤੇਰੀ ਮੁੱਠੀ ਵਾਲੀ ਚੀਜ਼ ਬੋਲ ਕੇ ਦੱਸੇ ਮੈਂ ਕੌਣ ਆ। ਸੁਭਾਨ ਅੱਲਾ, ਬੋਲ ਕੇ ਦੱਸੇ ਮੈਂ ਕੌਣ ਆ। ਅਬੂ ਜੇਲ ਹੈਰਾਨ ਹੋ ਜਾਂਦਾ ਏ, ਆਂਦਾ ਸਵਾਲ ਤੇ ਹੋਰ ਮੁਸ਼ਕਲ ਹੋ ਗਿਆ, ਇਹ ਜਿਹੜੀ ਮੇਰੀ ਮੁੱਠੀ ਵਿੱਚ ਚੀਜ਼ ਏ, ਇਹ ਤੇ ਬੇਜਾਨ ਏ, ਇਹਦੇ ਵਿੱਚ ਜਾਨ ਕੋਈ ਨਹੀਂ, ਦੱਸ ਕੀ ਏ। ਮੇਰੀ ਸਰਕਾਰ ਨੇ ਆਪਣੀ ਮੁਬਾਰਕ ਸ਼ਹਾਦਤ ਵਾਲੀ ਉਂਗਲੀ ਦਾ ਇਸ਼ਾਰਾ ਫਰਮਾਇਆ ਏ, ਕੈਂਕਰੀਆਂ ਨੇ ਕਲਮਾ ਪੜ੍ਹਨਾ ਸ਼ੁਰੂ ਕਰ ਦਿੱਤਾ, ਕੈਂਕਰੀਆਂ ਨੇ ਕਲਮਾ ਪੜ੍ਹਨਾ ਸ਼ੁਰੂ ਕਰ ਦਿੱਤਾ, ਕਿਉਂਕਿ ਅਨਬੋ ਲਿਆ ਤਸਲੀਮ ਕੀਤਾ। ਅਗਰ ਅੱਜ ਮੇਰੀ ਸਰਕਾਰ ਦੀ ਨਮੂਸ ਦਾ ਮਸਲਾ ਆ ਜਾਵੇ, ਮੇਰੀ ਸਰਕਾਰ ਦੀ ਇੱਜ਼ਤ ਦਾ ਮਸਲਾ ਆ ਜਾਵੇ, ਸਾਨੂੰ ਜਾਨਾਂ ਮਿਲੀਆਂ ਤੇ ਹਜ਼ੂਰ ਦਾ ਸਦਕਾ, ਸਾਨੂੰ ਇਮਾਨ ਮਿਲਿਆ ਤੇ ਹਜ਼ੂਰ ਦਾ ਸਦਕਾ, ਸਾਨੂੰ ਖਾਣਾ ਮਿਲਿਆ ਤੇ ਹਜ਼ੂਰ ਦਾ ਸਦਕਾ, ਅਗਰ ਇਨਸਾਨਾਂ ਨੂੰ ਰੱਬ ਨੇ ਇਨਸਾਨ ਬਣਾਇਆ ਤੇ ਹਜ਼ੂਰ ਦਾ ਸਦਕਾ, ਅਗਰ ਜਿੰਨਾਂ ਨੂੰ ਜਿੰਨ ਬਣਾਇਆ ਤੇ ਹਜ਼ੂਰ ਦਾ ਸਦਕਾ, ਅਗਰ ਮਲਾਇਕਾ ਨੂੰ ਫਰਿਸ਼ਤੇ ਬਣਾਇਆ ਤੇ ਹਜ਼ੂਰ ਦਾ ਸਦਕਾ,